ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬਲੋ ਇਲਾਚੀ ਦੀ ਵਰਤੋਂ ਘਰਾਂ ਵਿੱਚ ਮਸਾਲੇ ਵਜੋਂ ਤੇ ਮਾਊਥ ਫਰੈਸ਼ਨਰ ਦੇ ਰੂਪ ਵਿੱਚ ਕੀਤੀ ਜਾਂਦੀ ਆਪਾਂ ਚਾਹ ਦੇ ਵਿੱਚ ਵੀ ਇਲਾਚੀ ਪਾ ਕੇ ਪੀਂਨੇ ਆ ਉਹਦਾ ਸਵਾਦ ਵਧਾਉਣ ਲਈ ਪਰ ਲਾਚੀ ਸਿਰਫ ਇੰਨੇ ਹੀ ਫਾਇਦੇ ਨਹੀਂ ਹੈਗੇ ਜੇ ਇਲਾਚੀ ਰੋਜ਼ ਦੋ ਲਾਚੀਆਂ ਆਪਾਂ ਰਾਤ ਨੂੰ ਖਾ ਕੇ ਉਤੋਂ ਕੋਸਾ ਜਿਹਾ ਪਾਣੀ ਪੀਂਨੇ ਆ ਤੇ ਇਹਦੇ ਫਾਇਦੇ ਜੋ ਫਾਇਦੇ ਨੇ ਉਹ ਦੁੱਗਣੇ ਹੋ ਕੇ ਆਪਾਂ ਨੂੰ ਮਿਲਦੇ ਨੇ ਆਓ ਜਾਣਦੇ ਆ ਰਾਤ ਨੂੰ ਇਲਾਚੀ ਖਾ ਕੇ ਸੌਣ ਦੇ ਨਾਲ ਕੀ ਕੀ ਫਾਇਦੇ ਮਿਲਦੇ ਨੇ ਸਭ ਤੋਂ ਪਹਿਲਾਂ ਜਿਹੜੇ ਆਯੁਰਵੇਦ ਦੇ ਡਾਕਟਰ ਹੁੰਦੇ ਨੇ ਉਹ ਕਹਿੰਦੇ ਨੇ ਵੀ ਇਹਦੇ ਨਾਲ ਆਪਣਾ ਜਿਹੜਾ ਸਵਾਸਥੇ ਹੈ ਨਾ ਉਹ ਬੜਾ ਜ਼ਿਆਦਾ ਵਧੀਆ ਰਹਿੰਦਾ ਕਹਿੰਦੇ ਛੋਟੀ ਇਲਾਜ ਜੀ ਕਫ ਖਾਂਸੀ ਹੋ ਗਈ ਜਿਨ੍ਹਾਂ ਨੂੰ ਅਸਥਮਾ ਹੋ ਗਿਆ ਬਵਾਸੀਰ ਹੋ ਗਿਆ ਪਿਸ਼ਾਬ ਵਿੱਚ ਜਲਨ ਹੋਣਾ ਇਹਦੇ ਲਈ ਬੜੀ ਜ਼ਾਇਦੇ ਫਾਇਦੇਮੰਦ ਹੈ ਜਿਨ੍ਹਾਂ ਨੂੰ ਦਿਲ ਦੇ ਰੋਗ ਨੇ ਗਲੇ ਦੇ ਰੋਗ ਨੇ ਉਹਨਾਂ ਨੂੰ ਉਹ ਮਜ਼ਬੂਤ ਕਰ ਦਿੰਦੀ ਤੇ ਉਹ ਰੋਗ ਦੂਰ ਕਰ ਦਿੰਦੀ ਹੈ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਤਣਾਅ ਰਹਿੰਦਾ ਉਲਟੀਆਂ ਆਉਂਦੀਆਂ ਰਹਿੰਦੀਆਂ ਨੇ ਜੀ ਕੱਚਾ ਹੁੰਦਾ ਰਹਿੰਦਾ ਉਹ ਛੇਤੀ ਦੂਰ ਹੁੰਦਾ ਹੈ ਇਹਨਾਂ ਦਾ ਜਿਨ੍ਹਾਂ ਦੇ ਮੂੰਹ 'ਚ ਬੜੀ ਜ਼ਿਆਦੀ ਦੁਰਗੰਧ ਆਉਂਦੀ ਏ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੇ ਨੇ ਜਿਨ੍ਹਾਂ ਦੇ ਢਿੱਡ ਵਿੱਚ ਕਈ ਵਾਰ ਪੱਥਰੀਆਂ ਹੋ ਜਾਂਦੀਆਂ ਨੇ ਇਹ ਪੱਥਰੀ ਤੱਕ ਨੂੰ ਤੋੜ ਦਿੰਦੀ ਏ ਜਿਨ੍ਹਾਂ ਨੂੰ ਪੀ ਲਿਆ ਹੈ ਪਤ ਹਜਮੀ ਏ ਬਾਥਰੂਮ ਦੀ ਕੋਈ ਵੀ ਦਿੱਕਤ ਏ ਜਿਨ੍ਹਾਂ ਦੇ ਸੀਨੇ ਵਿੱਚ ਜਲਨ ਹੁੰਦੀ ਰਹਿੰਦੀ ਏ ਪੇਟ 'ਚ ਦਰਦ ਹੁੰਦਾ ਰਹਿੰਦਾ ਹੈ ਬੇਵਜਾ ਉਬਾਸੀਆਂ ਆਉਂਦੀਆਂ ਰਹਿੰਦੀਆਂ ਨੇ ਹਿਚਕੀ ਆਉਣਾ ਦਮਾ ਹੋ ਜਾਣਾ ਪੱਥਰੀ ਜੋੜਾਂ ਦੇ ਦਰਜ ਇਲਾਚੀ ਉਹ ਖਾਣ ਉਹਨਾਂ ਲਈ ਬੜਾ ਜ਼ਿਆਦਾ ਗੁਣਕਾਰੀ ਸਿਬ ਰਾਤ ਨੂੰ ਸੌਣ ਲੱਗਿਆ ਦੋ ਇਲਾਚੀਆਂ ਚੰਗੀ ਤਰ੍ਹਾਂ ਚਬ ਕੇ ਉਹ ਤੋਂ ਕੋਸਾ ਪਾਣੀ ਪੀਣਾ ਇਹ ਵਿੱਚੋਂ ਬੜਿਆਂ ਜਣਿਆਂ ਨੂੰ ਇਹ ਦਿੱਕਤ ਹੈ ਵੀ ਪੇਟ ਮੇਰਾ ਬਾਹਰ ਆ ਗਿਆ। ਜੇਕਰ ਤੁਹਾਨੂੰ ਵੀ ਇਹ ਦਿੱਕਤ ਹੈ ਤੇ ਰਾਤ ਨੂੰ ਸੌਣ ਲੱਗਿਆਂ ਤੁਸੀਂ ਕੀ ਕਰਨਾ ਹੈ ਵੀ ਦੋ ਲਾਚੀਆਂ ਖਾ ਕੇ ਚੰਗੀ ਤਰ੍ਹਾਂ ਚਬਾ ਕੇ ਉਤੋਂ ਕੋਸਾ ਜਿਹਾ ਪਾਣੀ ਪੀ ਲਓ ਜਿਹੜੀ ਲਾਚੀ ਹੈ ਨਾ ਇਹ ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ B1, B6 ਤੇ ਵਿਟਾਮਿਨ C ਹੁੰਦਾ ਹੈ। ਇਹ ਜਿਹੜੇ ਆਪਣੇ ਸਰੀਰ ਦੇ ਅੰਦਰ, ਪੇਟ ਦੇ ਅੰਦਰ ਕਿਤੇ ਵੀ ਜਿੱਥੇ ਚਰਬੀ ਐਵੇਂ ਹੋ ਜੇ ਵੀ ਇਕੱਠੀ ਹੋਈ ਪਈਏ, ਉਹਨੂੰ ਪਿਗਲਾ ਦਿੰਦਾ ਹੈ। ਇਹਦੇ ਵਿੱਚ ਫਾਈਬਰ ਤੇ ਕੈਲਸ਼ੀਅਮ ਹੁੰਦਾ ਹੈ ਜੋ ਆਪਣੇ ਵਜ਼ਨ ਨੂੰ ਕੰਟਰੋਲ ਰੱਖਦਾ ਹੈ। ਇਸ ਲਈ ਲਾਚੀ ਤੋਂ ਬਾਅਦ ਗਰਮ ਪਾਣੀ ਪੀਣਾ ਨਾ ਭੁੱਲਿਓ। ਕਈ ਵਾਰ ਕੀ ਹੁੰਦਾ ਹੈ ਕਿ ਕਈਆਂ ਕੋਲ ਐਵੇਂ ਲਾਚੀ ਨਹੀਂ ਖਾਦੀ ਜਾਂਦੀ ਓਕੇ ਕਰਨ ਰਾਤ ਨੂੰ 1 ਲੀਟਰ ਪਾਣੀ ਲੈ ਲਓ ਉਦੇ ਵਿੱਚ ਚਾਰ ਤੋਂ ਪੰਜ ਲਾਚੀਆਂ ਪਾ ਕੇ ਤੇ ਉਹਨੂੰ ਟੱਕ ਦੋ ਸਵੇਰੇ ਉਹ ਜਿਹੜਾ ਪਾਣੀ ਹੈ ਉਹਨੂੰ ਕੋਸਾ ਕਰਕੇ ਦਿਨ ਦੇ ਵਿੱਚ ਉਹਨੂੰ ਜਿਹੜਾ ਲੀਟਰ ਪਾਣੀ ਹੈ ਉਹਨੂੰ ਦੋ ਤੋਂ ਤਿੰਨ ਵਾਰ ਤੁਸੀਂ ਪੀ ਸਕਦੇ ਹੋ ਹੁਣ ਇਹਦੇ ਨਾਲ ਹੋਏਗਾ ਕਿ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਦਿਨ ਭਰ ਭਾਵੇਂ ਕਿੰਨਾ ਵੀ ਕੰਮ ਕਰ ਲੈਣ ਸਰੀਰ ਭਾਵੇਂ ਥੱਕਿਆ ਟੁੱਟਿਆ ਹੋਵੇ ਪਰ ਰਾਤ ਨੂੰ ਤਾਂ ਵੀ ਸੋਣੀ ਨੀਂਦ ਨਾ ਆਵੇ ਚੜਚੜਾਪਨ ਮਹਿਸੂਸ ਕਰਨ ਤਣਾਅ ਮਹਿਸੂਸ ਕਰਨ ਤਾਂ ਉਹ ਰਾਤ ਨੂੰ ਇਹ ਦੋ ਲਾਚੀਆਂ ਜੇਕਰ ਖਾ ਸਕਦੇ ਠੀਕ ਹੈ ਨਹੀਂ ਤਾਂ ਇਹ ਐਵੇਂ ਪਾਣੀ ਕਰਕੇ ਤੇ ਸਵੇਰੇ ਉਹਨੂੰ ਕੋਸਾ ਕਰਕੇ ਪੀਓ ਐਵੇਂ ਨਾਲ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਦੀ ਸਮੱਸਿਆ ਦੂਰ ਹੋ ਜਾਏਗੀ। ਰੋਈ ਵਾਰੀ ਕੀ ਹੁੰਦਾ ਹੈ ਵੀ ਕਿਸੇ ਨੂੰ ਨਾ ਕਬਜ਼ ਹੋ ਜਾਂਦੀ ਹੈ, ਗੈਸ ਹੋ ਜਾਂਦੀ ਹੈ, ਡਾਇਰੀਆ ਹੋ ਜਾਂਦਾ ਹੈ ਤੇ ਹੋਰ ਵੀ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਨੇ। ਜਦ ਕਿ ਛੋਟੀ ਇਲਾਚੀ ਜੇਕਰ ਆਪਾਂ ਖਾਣੇ ਆ ਤੇ ਪਾਚਨ ਸੰਬੰਧੀ ਜਿੰਨੀਆਂ ਵੀ ਆਪਨੇ ਸਮੱਸਿਆਵਾਂ ਨੇ, ਢਿੱਡ 'ਚ ਜੇਕਰ ਸੋਜ ਹੈ ਤੇ ਉਹ ਨਾਲ ਠੀਕ ਹੋ ਜਾਂਦੀ ਹੈ। ਰਾਤ ਨੂੰ ਸੌਣ ਸਮੇਂ ਜੇਕਰ ਤੁਸੀਂ ਵੱਡੀ ਇਲਾਚੀ ਲੈਂਦੇ ਹੋ ਤਾਂ ਉਹ ਵੀ ਤੁਹਾਡੇ ਲਈ ਬੜੀ ਜ਼ਿਆਦਾ ਫਾਇਦੇਮੰਦ ਹੈ। ਪਰ ਰਾਤ ਨੂੰ ਜਿਹੜੀ ਛੋਟੀ ਲਾਚੀ ਆ ਉਹ ਛੇਤੀ ਆਪਣਾ ਖਾ ਵੀ ਸਕਦੇ ਆ ਤੇ ਇਹਦੇ ਨਾਲ ਜੋ ਸੋਜ ਮਤਲਬ ਐਸਿਡਿਟੀ ਹੋ ਜਾਣਾ ਉਹ ਬੜੀ ਛੇਤੀ ਦੂਰ ਹੋ ਜਾਂਦੀ ਹੈ ਆਪਣੇ ਵਿੱਚੋਂ ਕਈ ਲੋਕਾਂ ਦੇ ਮੂੰਹ ਤੇ ਬੜੇ ਜ਼ਿਆਦਾ ਪਿੰਪਲ ਕੇਲ ਕਈ ਤਰ੍ਹਾਂ ਦੇ ਦਾਗ-ਧੱਬੇ ਹੋ ਜਾਂਦੇ ਨੇ ਕੋਈ ਚੀਜ਼ ਤੋਂ ਬੜੇ ਜਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਰਾਤ ਨੂੰ ਸੌਣ ਸਮੇ ਇਲਾਇਚੀ ਜ਼ਰੂਰ ਖਾਓ ਐਵੇਂ ਕਰਨ ਨਾਲ ਜਿੰਨੇ ਵੀ ਆਪਣੇ ਮੂੰਹ ਤੇ ਸਕਿਨ ਸੰਬੰਧੀ ਕੋਈ ਵੀ ਦਿੱਕਤਾਂ ਨੇ ਨਾ ਉਹ ਦੂਰ ਹੋ ਜਾਣਗੀਆਂ ਇਸ ਦੇ ਇਲਾਵਾ ਇਲਾਇਚੀ ਦਾ ਜਿਹੜਾ ਆਪਾਂ ਜਦੋਂ ਖਾਂਦੇ ਆ ਨਾ ਤੇ ਇਹਦੇ ਨਾਲ ਜਿਹੜਾ ਖੂਨ ਆਪਣੇ ਸਕਿਨ ਦੇ ਵਿੱਚ ਹੁੰਦਾ ਉਹ ਛੇਤੀ ਪ੍ਰਵਾਹ ਹੋਣ ਲੱਗ ਜਾਂਦਾ ਜਿਸ ਦੇ ਨਾਲ ਬੈਕਟੀਰੀਆ ਜੋ ਵੀ ਗੰਦ ਪਹਿਲ ਉਤੇ ਚੰਬੜਿਆ ਹੁੰਦਾ ਉਸ ਤੋਂ ਆਪਾਂ ਨੂੰ ਛੁਟਕਾਰਾ ਮਿਲ ਜਾਂਦਾ ਸਿਰਫ ਇੱਕ ਜਾਂ ਦੋ ਇਲਾਚੀਆਂ ਨੂੰ ਚਬਾ ਚਬਾ ਕੇ ਉਤੋਂ ਕੋਸਾ ਜਿਹਾ ਪਾਣੀ ਪਿਓ ਐਵੇਂ ਕਰਨ ਨਾਲ ਜੀ ਨੇ ਵੀ ਸਕੀਨ ਨਾਲ ਸੰਬੰਧਿਤ ਦੁਖਤਾਂ ਇਹ ਨਾ ਉਹ ਦੂਰ ਹੋ ਜਾਣਗੀਆਂ ਤੇ ਇਹਨਾਂ ਰੰਗ ਵੀ ਸਾਫ਼ ਹੁੰਦਾ ਹੈ ਕਿਉਂਕਿ ਇਹ ਜਿਹੜਾ ਹੈ ਬਲੱਡ ਸਰਕੂਲੇਸ਼ਨ ਨੂੰ ਆਪਣੇ ਨੂੰ ਵਧਾ ਦਿੰਦਾ ਹੈ ਜਿਹੜਾ ਖੂਨ ਹੈ ਉਹ ਨਾੜਾਂ ਸਾਫ਼ ਕਰਕੇ ਛੇਤੀ ਛੇਤੀ ਆਪਣੇ ਹਰੇਕ ਹਿੱਸੇ ਵਿੱਚ ਪਹੁੰਚ ਜਾਂਦਾ ਹੈ ਜਿਸ ਦੇ ਨਾਲ ਇਹ ਫਿਰ ਕੀ ਹੁੰਦਾ ਹੈ ਵੀ ਜਿਹੜਾ ਬਲੱਡ ਹੈ ਉਹ ਪਿਉਰੀਫਾਈ ਹੋਣ ਲੱਗ ਜਾਂਦਾ ਹੈ ਤੇ ਸਰੀਰ ਦੇ ਵਿੱਚ ਜਿੰਨਾ ਆਪਾਂ ਨੂੰ ਖੂਨ ਚਾਹੀਦਾ ਉਹ ਵੀ ਬਣਦਾ ਹੈ ਤੇ ਜਦੋਂ ਬਲੱਡ ਆਪਣਾ ਪਿਉਰੀਫਾਈ ਹੋ ਗਿਆ ਫਿਰ ਨਾ ਤਾਂ ਕਿਲਮੁਹਾਸੇ ਹੋਣਗੇ ਨਾ ਹੀ ਆਪਣਾ ਬੀਪੀ ਦੀ ਦਿੱਕਤ ਹੋਏਗੀ ਨਾ ਹੀ ਕੋਲੇਸਟ੍ਰੋਲ ਬਣੇਗਾ ਤੇ ਬਲੱਡ ਸਰਕੂਲੇਸ਼ਨ ਵਧੀਆ ਹੋ ਗਿਆ ਤੇ ਸਰੀਰ ਵਧੀਆ ਹੋ ਗਿਆ ਇੰਚੋਂ ਕਈਆਂ ਨੂੰ ਇਹ ਦਿੱਕਤ ਹੁੰਦੀ ਹੈ ਵੀ ਉਹਨਾਂ ਦੇ ਮੂੰਹ ਚੋਂ ਬੜੀ ਜਿਆਦਾ 스ਮੈਲ ਆਉਂਦੀ ਜੇਕਰ ਉਹ ਗੱਲ ਕਰਦੇ ਨੇ ਤੇ ਜਿਹੜਾ ਅੱਗੇ ਹੁੰਦਾ ਉਹਨੂੰ ਵੀ ਉਹਦੀ ਬਾੜ ਪੈਂਦੀ ਹੈ ਐਵੇਂ ਲੱਗਦਾ ਵੀ ਇਹਦੇ ਮੂੰਹ ਚੋਂ ਬੜੀ ਜਿਆਦਾ ਗੰਦੀ 스ਮੈਲ ਆਉਂਦੀ ਭਾਵੇਂ ਉਹ ਬ੍ਰਸ਼ ਵੀ ਕਰਦਾ ਹੋਵੇ ਉਹਦੇ ਅੰਦਰ ਐਵੇਂ ਦੇ ਬੈਕਟੀਰੀਆ ਹੋ ਜਾਂਦੇ ਨੇ ਵੀ ਉਹ ਜਦੋਂ ਬੋਲਦਾ ਤੇ ਮੂੰਹ ਚੋਂ 스ਮੈਲ ਆਉਂਦੀ ਹੀ ਆਉਂਦੀ ਹੈ ਜਦੋਂ ਆਪਾਂ ਲਾਚੀ ਖਾਂਦੇ ਆ ਤਾਂ ਮੂੰਹ ਦੀ ਜਿਹੜੀ 스ਮੈਲ ਹੈ ਉਹ ਬਦਬੂ ਆਉਂਦੀ ਹੈ ਉਹ ਨਹੀਂ ਆਏਗੀ ਉਹਦੇ 'ਚ ਬੜਾ ਮਦਦਗਾਰ ਰੋਜ਼ ਰਾਤ ਨੂੰ ਜਦੋਂ ਆਪਾਂ ਬ੍ਰਸ਼ ਕਰਦੇ ਹਾਂ ਉਸ ਤੋਂ ਬਾਅਦ ਇਲਾਇਚੀ ਨੂੰ ਨਾ ਚੂਸ-ਚੂਸ ਕੇ ਜਿਹੜੇ ਦਾਣੇ ਹੁੰਦੇ ਨੇ ਉਹਨਾਂ ਨੂੰ ਚੂਸ-ਚੂਸ ਕੇ ਆਪ ਉਹਨਾਂ ਨੂੰ ਹੌਲੀ-ਹੌਲੀ ਖਾਓ ਚਬਾ-ਚਬਾ ਕੇ ਐਵੇਂ ਕਰਨ ਨਾਲ ਜਮਾ ਦੁਰਗੰਧ ਨਹੀਂ ਆਏਗੀ ਦਾਣੇ ਜੋ ਚਬਾ-ਚਬਾ ਕੇ ਥੋੜੇ ਜਿ ਰਹਿ ਕੇ ਉਸ ਤੋਂ ਬਾਅਦ ਕੋਸਾ ਪਾਣੀ ਤੋਂ ਜ਼ਰੂਰ ਪੀਣਾ ਇਹਦੇ ਨਾਲ ਇੱਕ ਤਾਂ ਜਿਹੜੀ ਉਹ ਆਪਣੇ ਮੂੰਹ ਦੇ ਵਿੱਚੋਂ ਦੁਰਗੰਧ ਆਉਂਦੀ ਏ ਜਿਹੜੇ ਮਸੂੜੇ ਫੁੱਲ ਜਾਂਦੇ ਨੇ ਦੰਦਾਂ 'ਚੋਂ ਖੂਨ ਆਉਂਦਾ ਹੈ ਵੀ ਦੰਦਾਂ ਸੰਬੰਧੀ ਜਿੰਨੀਆਂ ਵੀ ਦਿੱਕਤਾਂ ਨੇ ਨਾ ਉਹ ਇਹਦੇ ਨਾਲ ਠੀਕ ਹੋ ਜਾਣਗੀਆਂ ਹੁਣ ਗੱਲ ਕਰਦੇ ਆਂ ਵੀ ਆਪਣੇ ਵਿੱਚੋਂ ਕਈਆਂ ਨੂੰ ਵਾਲਾਂ ਸੰਬੰਧੀ ਬੜੀਆਂ ਦਿੱਕਤਾਂ ਹੁੰਦੀਆਂ ਨੇ ਬੇਜਾਨ ਹੋ ਜਾਂਦੇ ਨੇ ਰੁੱਖੇ ਹੋ ਜਾਂਦੇ ਨੇ ਝੜਨੇ ਲੱਗ ਜਾਂਦੇ ਨੇ ਜਿਵੇਂ ਹੁਣ ਮੌਸਮ ਹੈ ਤੇ ਹੁਣ ਵਾਲ ਬਹੁਤ ਝੜਦੇ ਨੇ ਕਿਉਂ ਕਿ ਵਾਲਾਂ 'ਚ ਬਹੁਤ ਜ਼ਿਆਦਾ ਪਸੀਨਾ ਹੁੰਦਾ ਤੇ ਐਵੇਂ ਦੇ ਲੋਕ ਰਾਤ ਨੂੰ ਸੌਣ ਲੱਗੇ ਦੋ ਇਲਾਚੀਆਂ ਜ਼ਰੂਰ ਚਬਾ ਕੇ ਸੋਵੋ ਜਦੋਂ ਆਪਾਂ ਇਲਾਚੀ ਚਬਾਵਾਂਗੇ ਤੇ ਇਹਦੇ ਨਾਲ ਕੀ ਹੋਏਗਾ ਤੇ ਉਤੋਂ ਕੋਸਾ ਪਾਣੀ ਪੀਵਾਂਗੇ ਤੇ ਬਲੱਡ ਸਰਕੂਲੇਸ਼ਨ ਵਧੀਆਂ ਹੋਏਗਾ ਤੇ ਵਾਲ ਜਿਹੜੇ ਨੇ ਨਾਲ ਬਹੁਤ ਮਜ਼ਬੂਤ ਹੋਣਗੇ ਨਾ ਤੇ ਚੜਨਗੇ ਨਾ ਹੀ ਰੁੱਖੇ ਹੋਣਗੇ ਪਰ ਕੀ ਕਰਨਾ ਹੈ ਵੀ ਜਦੋਂ ਆਪਾਂ ਐਵੇਂ ਚਬਾਣੀਆਂ ਨੇ ਤੁਹਾਡਾ ਕੋਸਾ ਪਾਣੀ ਜ਼ਰੂਰ ਪਿਓ ਇਹਦੇ ਨਾਲ ਇੱਕ ਤੇ ਜੋ ਵੀ ਤੁਹਾਡੀ ਬੋੜੀ ਹੈ ਜਿਹਦਾ ਪੇਟ ਨਿਕਲਿਆ ਜਿਹਨੇ ਅੰਦਰ ਕਰਨਾ ਹੈ ਨਾ ਬਸ ਉਹ ਰਾਤ ਨੂੰ ਦੋ ਇਲਾਚੀ ਖਾ ਕੇ ਤੇ ਉੱਤੋਂ ਕੋਸਾ ਪਾਣੀ ਜ਼ਰੂਰ ਪੀ ਲੈ ਤੇ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਹੁਣ ਆਪਾਂ ਪਾਣੀ ਪੀਨੇ ਆ ਨਾਰਮਲ ਪਾਣੀ ਪੀਆ ਕਰੋ ਜਿਨ੍ਹਾਂ ਨੂੰ ਆਦਤ ਹੈ ਵੀ ਫ੍ਰਿਜ ਦਾ ਪਾਣੀ ਪੀਣਦੇ ਉਹ ਕੀ ਕਰਨ ਵੀ ਘੜਾ ਲਾ ਲਓ ਆਰੋਧਾ ਪਾਣੀ ਪੀਂਦੇ ਹੋ ਤਾਂ ਆਰੋਧਾ ਥੱਲੇ ਘੜਾ ਰੱਖ ਲਓ ਉਹ ਪਰ ਕੇ ਤੇ ਸਾਰਾ ਦਿਨ ਉਸੇ ਵਿੱਚ ਪਾਣੀ ਪਿਓ ਜਿਨ੍ਹਾਂ ਨੂੰ ਇਹ ਹੈ ਵੀ ਅਸੇ ਠੰਡਾ ਪਾਣੀ ਹੀ ਪੀਣ ਉਹ ਕੀ ਕਰਨ ਵੀ ਜਿਹੜਾ ਘੜਾ ਹੈ ਨਾ ਉਹਦੇ ਆਸੇ ਪਾਸੇ ਇੱਕ ਬੋਰੀ ਹੁੰਦੀ ਹੈ ਨਾ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲੋ ਉਸ ਤੋਂ ਬਾਅਦ ਉਹਨੂੰ ਪਾਣੀ ਵਿੱਚ ਗਿੱਲਾ ਕਰਕੇ ਉਹ ਘੜੇ ਦੇ ਬਿਲਕੁਲ ਆਸੇ-ਪਾਸੇ ਦੇ ਦਿਆ ਕਰੋ ਤੇ ਜਦੋਂ ਉਹ ਸੁੱਕਣ ਚ ਲੱਜੇ ਉਹਦੇ ਆਸੇ-ਪਾਸੇ ਫਿਰ ਉੱਤੇ ਪਾਣੀ ਪਾ ਦਿੱਤਾ ਐ ਜਿਹੜਾ ਘੜੇ ਦਾ ਪਾਣੀ ਹੈ ਉਹ ਠੰਡਾ ਵੀ ਰਹੇਗਾ ਤੇ ਇਹਦੇ ਵਿੱਚ ਕਈ ਐਸੇ ਤੱਤ ਹੁੰਦੇ ਨੇ ਜਿਹੜੇ ਆਪਣੇ ਸਰੀਰ ਨੂੰ ਬੜੇ ਜ਼ਿਆਦਾ ਠੀਕ ਰੱਖਦੇ ਨੇ ਜਦੋਂ ਆਪਾਂ ਫ੍ਰੀਜ਼ਰ ਦਾ ਪਾਣੀ ਪੀਂਨੇ ਆ ਤੇ ਇਹਦੇ ਨਾਲ ਆਪਣੇ ਸਰੀਰ ਦਾ ਨੁਕਸਾਨ ਹੁੰਦਾ ਪਾਣੀ ਜਦੋਂ ਵੀ ਪੀਓ ਉਦੋਂ ਹਮੇਸ਼ਾ ਬੈਠ ਕੇ ਪੀਓ ਇਹਦੇ ਨਾਲ ਸਰੀਰ ਵਿਸਵਸਥਰੇਗਾ ਤੇ ਗੋਡੇ ਜਦੋਂ ਤੱਕ ਆਪਣੇ ਆਕਾਲ ਚਲਾਨੇ ਨਹੀਂ ਹੁੰਦੇ ਉਦੋਂ ਤੱਕ ਬਚੇ ਰਹਿਣਗੇ ਇਸ ਨੂੰ ਜੋ ਪੁਰਸ਼ ਨੇ ਉਹ ਰਾਤ ਨੂੰ ਜ਼ਰੂਰ ਖਾਣ ਘੱਟ ਤੋਂ ਘੱਟ ਦੋ ਇਲਾਚੀਆਂ ਤੇ ਜ਼ਰੂਰ ਖਾਣ ਜੋ ਵੀ ਉਹਨਾਂ ਨੂੰ ਆਪਣੇ ਸਮੇਂ ਸਰੀਰ ਸੰਬੰਧੀ ਦਿੱਕਤ ਹੈ ਚਾਹੇ ਉਹ ਕਿਵੇਂ ਦੀ ਵੀ ਹੈ ਉਹ ਇਹਦੇ ਨਾਲ ਬੜੀ ਛੇਤੀ ਠੀਕ ਹੋ ਜਾਏਗੀ ਉਹਨਾਂ ਨੂੰ ਜਿਵੇਂ ਸ਼ਾਦੀशुदा ਜਿਹੜੇ ਪੁਰਖ ਨੇ ਉਹਨਾਂ ਨੂੰ ਕਿਸੇ ਸੰਬੰਧੀ ਵੀ ਕੋਈ ਦਿੱਕਤ ਹੈ ਨਾ ਤਾਂ ਰਾਤ ਨੂੰ ਦੋ ਇਲਾਚੀ ਖਾ ਕੇ ਤੇ ਉਤੋਂ ਕੋਸਾ ਦੁੱਧ ਵੀ ਪੀ ਸਕਦੇ ਨੇ ਤੇ ਕੋਸਾ ਪਾਣੀ ਵੀ ਜੋ ਉਹਨਾਂ ਨੂੰ ਅੱਛਾ ਲੱਗੇ ਦੋਵਾਂ ਵਿੱਚੋਂ ਉਹ ਪੀ ਸਕਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੈ ਨਾ ਤਾਂ ਉਹ ਇਹਦੇ ਨਾਲ ਠੀਕ ਹੋ ਜਾਏਗੀ ਜੇਕਰ ਆਪਾਂ ਰੋਜ਼ ਲਗਾਤਾਰ ਲਾਚੀ ਖਾਂਦੇ ਆਂ ਤੇ ਕਿਸ ਕਈਆਂ ਵਾਰੀ ਕੀ ਹੁੰਦਾ ਵੀ ਕੋਈ ਗਲਤ ਪਦਾਰਥ ਖਾ ਲੈਂਦਾ ਤੇ ਉਹਦੇ ਮੂੰਹ ਨੂੰ ਮੂੰਹ ਦਾ ਕੈਂਸਰ ਤਾਂ ਕੇ ਨਾਲ ਠੀਕ ਹੋ ਜਾਂਦਾ ਹੈ ਕਈ ਵਾਰ ਕੀ ਹੁੰਦਾ ਵੀ ਕਿਸੇ ਨੂੰ ਤ્વਚਾ ਸੰਬੰਧੀ ਕੈਂਸਰ ਹੁੰਦਾ ਜਾਂ ਖੂਨ ਸੰਬੰਧੀ ਕਿਸੇ ਤਰ੍ਹਾਂ ਦਾ ਵੀ ਤੇ ਉਹ ਵੀ ਇਹਦੇ ਨਾਲ ਠੀਕ ਹੋ ਜਾਂਦਾ ਕਿਉਂਕਿ ਇਹਦੇ ਨਾਲ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਜਿਸ ਦੇ ਨਾਲ ਇਹ ਨਾੜਾ ਖੋਲ ਦਿੰਦਾ ਤੇ ਜੋ ਵੀ ਅੰਦਰ ਚਰਬੀਆਂ ਕੁਝ ਵੀ ਹੁੰਦਾ ਉਹ ਆਪਣੇ ਸਰੀਰ ਤੋਂ ਬਾਹਰ ਆ ਜਾਂਦਾ ਹੈ ਇਸ ਲਈ ਜੇ ਕਿਸੇ ਨੂੰ ਵੀ ਸ਼ਾਦੀਸ਼ੁਦਾ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੈ ਤਾਂ ਉਹ ਰਾਤ ਨੂੰ ਦੋ ਇਲਾਚੀਆਂ ਖਾ ਕੇ ਉਤੋਂ ਕੋਸਾ ਪਾਣੀ ਜ਼ਰੂਰ ਪੀਂ ਇਹਦੇ ਨਾਲ ਉਹ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪਰ ਇਸ ਦੀ ਵਰਤੋਂ ਨਿਯਮਿਤ ਰੂਪ ਵਿੱਚ ਕਰਨੀ ਹੈ ਇਹ ਨਹੀਂ ਵੀ ਇੱਕ ਦਿਨ ਖਾ ਲਿਆ ਦੋ ਦਿਨ ਨਾ ਖਾ ਨਹੀਂ ਇਸ ਦੀ ਵਰਤੋਂ ਲਗਾਤਾਰ ਕਰਨੀ ਹੈ ਤੁਸੀਂ ਜਦੋਂ ਲਗਾਤਾਰ ਖਾਓਗੇ ਤੇ ਇਹਦੇ ਨਾਲ ਫਾਇਦਾ ਬਹੁਤ ਜ਼ਿਆਦਾ ਹੋਏਗਾ ਤੁਹਾਨੂੰ 10 ਦਿਨਾਂ ਦੇ ਅੰਦਰ ਅੰਦਰ ਹੀ ਫਾਇਦਾ ਦਿਖਣ ਲੱਗ ਜਾਏਗਾ